ਤਿਆਰੀਆਂ ਕੀਤੀਆਂ ਗਈਆਂ ਹਨ ਤੇ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬਜਰੰਗ ਪੂਨੀਆ, ਬਜਰੰਗ ਪੂਨੀਆ ਜਿਨ੍ਹਾਂ ਨੇ ਰੈਸਲਿੰਗ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਹੈ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਤੇ ਬੜੀ ਬੜੀ ਪ੍ਰਾਪਤੀ ਕੀ ਹੈ ਆਪਕੇ ਬੇਟੇ ਨੇ ਔਰ ਜਵਾਬ ਮੈਮ ਵੈਲਕਮ ਹੋ ਰਿਹਾ ਕਿਆ ਕਹੋਗੇ ਆਪ? ਬਹੁਤ ਜ਼ਿਆਦਾ ਖੁਸ਼ੀ ਹੈ ਔਰ ਸਾਰੇ ਦੇਸ਼ ਵਾਸੀਆਂ ਨੂੰ ਦੁਆ, ਮੇਰਾ ਬੇਟਾ ਖਰਾ ਉਤਰਿਆ ਹੈ ਔਰ ਅੱਜ ਆਪਣੀ ਜਨਮ ਭੂਮੀ ਆਏਗਾ। ਦੇਖ ਸਕਦੇ ਹੋ ਪਿਤਾ ਪਿਤਾ ਕੀ ਆਖੇ ਨਾਮ, ਖੁਸ਼ੀ ਬਿਆਨ ਨਹੀਂ ਕਰ ਸਕਦਾ ਮੈਂ, ਇਤਨੀ ਖੁਸ਼ੀ ਹੈ। ਆਪ ਅਕੇਲੇ ਨਹੀਂ, ਪੂਰਾ ਭਾਰਤ ਆਜ ਸਾਰੇ ਭਾਰਤ ਕਾ, ਮੈਂ ਆਪਣਾ ਨਹੀਂ ਕਹਿਤਾ ਵੀ ਨੇ, ਜੋ ਦੇਸ਼ ਕੀ ਧਰੋਹਰ ਹੈ, ਸਾਰੇ ਦੇਸ਼ ਕੀ ਦੁਆ ਹੈ। ਮੈਂ 1 ਕਰੋੜ ਪੂਰੇ, ਮੈਂ ਤਾਂ ਇਹ ਕਹੂੰਗਾ, ਆਈ ਵੁੱਡ ਕੰਗ੍ਰੈਚੁਲੇਟ ਬਜਰੰਗ ਪੁਨੀਆ ਜੀ ਫੋਰ ਗਿਵਿੰਗ ਸੱਚ ਅ ਬਿਗ ਓਪਰਚੁਨਿਟੀ ਟੂ ਫੋਰ ਆਲ ਇੰਡੀਅਨਸ ਟੂ ਸੈਲੀਬ੍ਰੇਟ ਇਟ ਐਂਡ ਸਟੈਂਡਿੰਗ ਵਿਦ ਹਿਸ ਫਾਦਰ ਇਟਸ ਅ ਗ੍ਰੇਟ ਗ੍ਰੇਟ ਪਲੇਜਰ ਐਂਡ ਆਈ ਵਿਸ਼ ਆਲ ਇੰਡੀਅਨਸ ਦੈਟ ਇਨ ਦ ਕਮਿੰਗ ਓਲੰਪਿਕਸ 2023 ਵੀ ਮੇ ਗੈਟ ਮੋਰ ਮੈਡਲਸ ਐਂਡ ਵੀ ਵੁੱਡ ਗੈਟ ਮੋਰ ਓਪਰਚੁਨਿਟੀ ਟੂ ਸੈਲੀਬ੍ਰੇਟ ਸੱਚ ਇਵੈਂਟ। ਜੈ ਮਾਤਾ ਦੀ। ਦੇਖ ਸਕਦੇ ਹੋ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੀਆਂ ਇਹ ਤਸਵੀਰਾਂ ਨੇ, ਜਸ਼ਨ ਮਨਾਏ ਜਾ ਰਹੇ ਨੇ, ਜਿਹੜੇ ਖਿਡਾਰੀਆਂ ਨੇ ਭਾਰਤ ਦਾ ਨਾਮ ਦੇਸ਼ ਦੁਨੀਆ ਦੇ ਵਿੱਚ ਚਮਕਾਇਆ, ਉਹਨਾਂ ਦੇ ਸਵਾਗਤ ਦੇ ਲਈ ਬਹੁਤ ਵੱਡੀ ਪੱਧਰ ਦੇ ਲੋਕ ਇੱਥੇ ਇਕੱਠੇ ਹੋਏ ਨੇ, ਵੱਖ ਵੱਖ ਤਰ੍ਹਾਂ ਦੇ ਬੈਂਡ ਲਿਆਂਦੇ ਗਏ ਨੇ ਤੇ ਜਿੱਥੇ ਜਿਹੜੇ ਖਿਡਾਰੀ ਨੇ ਉਹਨਾਂ ਦੇ ਘਰ ਵਾਲੇ ਉੱਥੋਂ ਦੇ ਜਿਹੜੇ ਨਗਰ ਨੇ ਪਿੰਡਾਂ ਦੇ ਲੋਕ ਆਏ ਨੇ ਉੱਥੇ ਹੀ ਵੱਡੀ ਤਾਦਾਦ ਦੇ ਵਿੱਚ ਦੇਖ ਸਕਦੇ ਹੋ। ਬਹੁਤ ਵੱਡੀ ਤੇ ਖੁਸ਼ੀ ਭਰਿਆ ਜਿਹੜਾ ਮਾਹੌਲ ਹੈ ਉਹ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੇਖਿਆ ਜਾ ਸਕਦਾ ਹੈ। ਇਹ ਪਰਿਵਾਰ ਹੈ ਬਜਰੰਗ ਪੂਨੀਆ ਦਾ ਜਿਹੜੇ ਅੱਜ ਆਪਣੇ ਲਾਲ ਦੀ ਜਿਹੜੀ ਪ੍ਰਾਪਤੀ ਹੈ ਉਸਦੇ ਮਾਣ ਕਰਦੇ ਹੋਏ ਉਸਦੀ ਖੁਸ਼ੀ ਮਨਾਉਂਦੇ ਹੋਏ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਵਿਖੇ ਪਹੁੰਚੇ ਹਨ। ਕੈਮਰਾ ਪਰਸਨ ਸੰਦੀਪ ਦੇ ਨਾਲ